ਹੈਲੋ ਸਟੂਡੈਂਟਸ ਅੱਜ ਅਸੀਂ ਆਪਣੀ ਪੰਜਾਬੀ ਦੀ ਪੁਸਤਕ ਸੁਨਹਿਰੀ ਸਵੇਰ ਪੰਜਾਬੀ ਪ੍ਰਵੇਸ਼ਿਕਾ ਦੇ ਪੇਜ 21 ਤੋਂ ਵਾਕ ਰਚਨਾ ਬਾਰੇ ਪੜਾਂਗੇ ਪਰ ਇਸ ਤੋਂ ਪਹਿਲਾਂ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀ ਕਿਤਾਬ ਦੇ ਕੰਨਾ ਮਾਤਰਾ ਦੇ ਚਾਰ ਆਖਰੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ ਦੁਹਰਾਇਆ ਅਤੇ ਯਾਦ ਕੀਤਾ ਹੋਵੇਗਾ ਚਲੋ ਆਓ ਇਸ ਨੂੰ ਪੜ੍ਹੀਏ ਜਿਵੇਂ ਬੱਬਾ ਲੱਲਾ ਕੱਕੇ ਕੰਨਾ ਰਾਰਾ ਬਲਕਾਰ ਸੱਸਾ ਲੱਲੇ ਕੰਨਾ ਦੱਦਾ ਸਲਾਦ ਖੱਖੇ ਕੰਨਾ ਖਾ ਬਲਕਾਰ ਸਲਾਦ ਖਾ ਪੱਬਾ ਗੱਗਾ ਵੱਵੇ ਕੰਨਾ ਨੰਨਾ ਭਗਵਾਨ ਦੱਦੇ ਕੰਨਾ ਦਾ ਪੱਬਾ ਜੱਜਾ ਨੰਨਾ ਭਜਨ ਕੱਕਾ ਰਾਰਾ ਕਰ ਭਗਵਾਨ ਦਾ ਭਜਨ ਕਰ ਹਾਹਾ ਰਾਰਾ ਨੰਨੇ ਕੰਨਾ ਮੰਮਾ ਹਰ ਨਾਮ ਦੱਦਾ ਵੱਵੇ ਕੰਨਾ ਖੱਖੇ ਕੰਨਾ ਨੰਨੇ ਕੰਨਾ ਦਵਾ ਖਾਨਾ ਜੱਜੇ ਕੰਨਾ ਜਾ ਹਰਨਾਮ ਦਵਾ ਖਾਨਾ ਜਾ ਐੜਾ ਪੱਪਾ ਮੰਮੇ ਕੰਨਾ ਨੰਨਾ ਅਪਮਾਨ ਨੰਨੇ ਕੰਨਾ ਨਾ ਕੱਕੇ ਰਾਰਾ ਕਰ ਅਪਮਾਨ ਨਾ ਕਰ ਜੱਜਾ ਸੱਸਾ ਰਾਰੇ ਕੰਨਾ ਜੱਜਾ ਜਸ ਰਾਜ ਬੱਬਾ ਲੱਲਾ ਰਾਰੇ ਕੰਨਾ ਜੱਜਾ ਬਲਰਾਜ ਵੱਵਾ ਲੱਲਾ ਵੱਲ ਜੱਜੇ ਕੰਨਾ ਜਾ ਜਸਰਾਜ ਬਲਰਾਜ ਵੱਲ ਜਾ ਐੜਾ ਵੱਵਾ ਤੱਤੇ ਕੰਨਾ ਰਾਰਾ ਅਵਤਾਰ ਤੱਤਾ ਲੱਲਾ ਵੱਵੇ ਕੰਨਾ ਰਾਰਾ ਤਲਵਾਰ ਨੰਨੇ ਕੰਨਾ ਨਾ ਚੱਚਾ ਲੱਲੇ ਕੰਨਾ ਚਲਾ ਅਵਤਾਰ ਤਲਵਾਰ ਨਾ ਚਲਾ ਆਓ ਬੱਚਿਓ ਇਸ ਨੂੰ ਇੱਕ ਵਾਰੀ ਦੁਹਰਾਈਏ ਬਲਕਾਰ ਸਲਾਦ ਖਾ ਭਗਵਾਨ ਦਾ ਭਜਨ ਕਰ ਹਰਨਾਮ ਦਵਾ ਖਾਨਾ ਜਾ ਅਪਮਾਨ ਨਾ ਕਰ ਜਸਰਾਜ ਬਲਰਾਜ ਵੱਲ ਜਾ ਅਵਤਾਰ ਤਲਵਾਰ ਨਾ ਚਲਾ ਪਿਆਰੇ ਬੱਚਿਓ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀ ਪੁਸਤਕ ਦੇ ਪੇਜ 21 ਦੀ ਵਾਕ ਰਚਨਾ ਨੂੰ ਚੰਗੀ ਤਰ੍ਹਾਂ ਪੜ੍ਹੋਗੇ ਅਤੇ ਦੁਹਰਾਓਗੇ ਹੁਣ ਬੱਚਿਓ ਤੁਸੀਂ ਆਪਣੀ ਕਾਪੀ ਵਿੱਚ ਕੰਨਾ ਮਾਤਰਾ ਪੇਜ 21 ਦੀ 5 ਡਿਕਟੇਸ਼ਨਸ ਕਰਨੀ ਹੈ ਪਹਿਲੇ ਵਰਡ ਫਿਰ ਉਸਦਾ ਮੀਨਿੰਗ ਜਿਵੇਂ ਡਾਕਟਰ ਡਾਕਟਰ ਪਿਆਰੇ ਬੱਚਿਓ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀ ਕਾਪੀ ਵਿੱਚ ਸੋਹਣੀ ਹੈਂਡਰਾਈਟਿੰਗ ਵਿੱਚ ਕੰਨਾ ਮਾਤਰਾ ਦੇ ਚਾਰ ਅੱਖਰੀ ਸ਼ਬਦਾਂ ਦੀ 5 ਡਿਕਟੇਸ਼ਨਸ ਨੂੰ ਕਰੋਗੇ